ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਚੌਥਾ ਦਰਜਾ ਕਰਮਚਾਰੀਆਂ ਦਾ ਘਰ ਅਤੇ ਆਬਕਾਰੀ ਦਫ਼ਤਰ ਵਿਖੇ ਚੱਲ ਰਿਹਾ ਧਰਨਾ 15 ਦਿਨ ਵਿੱਚ ਸ਼ਾਮਿਲ। ਮਿਤੀ 16 ਅਪ੍ਰੈਲ ਨੂੰ ਕਰ ਭਵਨ ਮੋਹਾਲੀ ਵਿਖੇ ਕਰਨਗੇ ਅਰਥੀ ਫੂਕ ਰੈਲੀ। ਪੂਰੀ ਖਬਰ ਦੇਖਣ ਦੇ ਲਈ ਬਣੇ ਰਹੋ ਚੈਨਲ ਦੇ ਨਾਲ। ਸ਼ੁਰੂ ਕਰਦੇ ਹਾਂ ਵੱਡੀ ਅਪਡੇਟ। ਪਟਿਆਲਾ 3 ਅਪ੍ਰੈਲ ਦੀ ਕਲਾਥ 4th ਗੌਰਮੈਂਟ ਇੰਪਲਾਈਜ਼ ਯੂਨੀਅਨ ਪੰਜਾਬ ਸੂਬਾ ਸਬ ਕਮੇਟੀ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਮਿਤੀ 20 ਮਾਰਚ ਤੋਂ ਮੁੱਖ ਦਫ਼ਤਰ ਵਿਖੇ ਸ਼ੁਰੂ ਕੀਤਾ ਰੋਸਮਈ ਧਰਨਾ। 15ਵੇਂ ਦਿਨ ਵਿੱਚ ਸ਼ਾਮਿਲ ਹੋਣ ਸਮੇਂ ਅਡੀਸ਼ਨਲ ਸਟੇਟ ਕਮਿਸ਼ਨਰ ਪ੍ਰਸ਼ਾਸਨ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ ਗਿਆ ਕਿ ਰਾਜਗੜ੍ਹ ਕਮਿਸ਼ਨਰ ਸ਼੍ਰੀ ਵਰੁਣ ਰੁਜਮ ਵੱਲੋਂ ਨਿਸ਼ਚਿਤ ਕੀਤੀ ਮੀਟਿੰਗ ਨਾ ਕਰਨ 'ਤੇ ਕਰਮਚਾਰੀਆਂ ਵਿੱਚ ਰੋਸ ਵਧਿਆ ਹੈ ਅਤੇ ਪਿਛਲੇ ਤਕਰੀਬਨ 15 ਦਿਨਾਂ ਤੋਂ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਦਫ਼ਤਰ ਵਿੱਚ ਨਾ ਆਉਣ 'ਤੇ ਇਹ ਫੈਸਲਾ ਕੀਤਾ ਗਿਆ ਕਿ ਤਰੱਕੀਆਂ ਕਰਵਾਉਣ ਸਮੇਤ 1 ਦਰਜਨ ਮੰਗਾਂ ਨੂੰ ਲੈ ਕੇ ਅਗਲਾ ਧਰਨਾ ਮਿਤੀ 16 ਅਪ੍ਰੈਲ ਨੂੰ ਕਰ ਅਤੇ ਆਬਕਾਰੀ ਭਵਨ ਮੋਹਾਲੀ ਵਿਖੇ ਦਿੱਤਾ ਜਾਵੇਗਾ ਅਤੇ ਅਰਥੀ ਫੂਕ ਰੈਲੀ ਕੀਤੀ ਜਾਵੇਗੀ। ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਜਗਮੋਹਨ, ਨੌਲੱਖਾ ਆਦਿ ਸ਼ਾਮਲ ਸਨ।